ਬਠਿੰਡਾ ਦੇ CIA ਸਟਾਫ 2 ਨੇ ਤਲਵੰਡੀ ਸਾਬੋ ਦੇ ਨਜ਼ਦੀਕ ਗਸ਼ਤ ਦੌਰਾਨ 32 ਬੋਰ ਦੇ ਦੇਸੀ ਪਿਸਤੌਲ ਅਤੇ 6 ਕਾਰਤੂਸਾਂ ਸਣੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਉਕਤ ਨੌਜਵਾਨ ਦੀ ਪਹਿਚਾਣ ਅੰਗਰੇਜ਼ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਵਾਲਾ ਥਾਣਾ ਤਲਵੰਡੀ ਸਾਬੋ ਵਜੋਂ ਹੋਈ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਇਹ ਪਿਸਤੌਲ ਅਤੇ ਕਾਰਤੂਸ UP ਦੇ ਸਹਾਰਨਪੁਰ ਤੋਂ ਲੈ ਕੇ ਆਇਆ ਸੀ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਸ ਦਾ ਗੈਂਗਸਟਰਾਂ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਗਸ਼ਤ ਦੇ ਸੰਬੰਧ ਵਿੱਚ ਸੰਗਤ ਕੁਰ ਤੋਂ ਤਲਵੰਡੀ ਸਾਬੋ ਵੱਲ ਨੂੰ ਆ ਰਹੇ ਸੀ। ਇੱਕ ਸ਼ਖਸ ਪੁਲਿਸ ਦੀ ਗੱਡੀ ਨੂੰ ਦੇਖ ਕੇ ਆਪਣੇ ਖੱਬੇ ਹੱਥ ਪਿਸ਼ਾਬ ਕਰਨ ਦੇ ਬਹਾਨੇ ਬੈਠ ਗਿਆ। ਸ਼ੱਕ ਦੀ ਬਣਾ 'ਤੇ ਚੈੱਕ ਕੀਤਾ ਅਤੇ ਉਹਦੇ ਹੱਥ 'ਚ ਫੜੇ ਹੋਏ ਝੋਲੇ ਵਿੱਚ ਤੋਂ ਪਿਸਤੌਲ ਅਤੇ 6 ਕਾਰਤੂਸ ਬਰਾਮਦ ਹੋਏ। ਦੇਸੀ ਪਿਸਤੌਲ ਸੀ, 6 ਰਾਊਂਡ ਨੇ ਨਾਲ ਦਿੰਦਾ। ਕਿੱਥੋਂ ਲਿਆਇਆ ਸੀਗਾ ਜੀ? ਇਹ ਸਰ UP ਤੋਂ ਲੈ ਕੇ ਆਇਆ ਸੀਗਾ ਸਹਾਰਨਪੁਰ। ਮਕਸਦ ਕੀ ਸੀਗਾ? ਮਕਸਦ ਬਸ ਮੰਡੀ ਟੈਪ ਆ ਜੀ, ਇਹ ਬਸ ਸ਼ੌਂਕ ਜੀ ਲਈ ਫਿਰਦੇ ਆ। ਉਸ ਤੋਂ ਦੱਸਦਾ ਇਹੀ ਦੱਸਿਆ ਨਹੀਂ ਨਹੀਂ ਗੈਂਗਸਟਰ ਨਾਲ ਕੋਈ ਸੰਬੰਧ ਨਹੀਂ। ਪਹਿਲਾਂ ਕੋਈ ਪਰਚਾ ਦਰਜ ਨਹੀਂ ਜੀ? ਨਹੀਂ, ਪਹਿਲਾਂ ਕੋਈ ਪਰਚਾ ਨਹੀਂ ਗਾ। ਮੁੱਢਲੀ ਕਾਰਵਾਈ ਕੀ ਕੀਤੀ? ਬਸ ਇਹ ਜਲਸਾ 'ਤੇ ਪੇਸ਼ ਕੀਤਾ ਸੀਗਾ, ਜੇਲ੍ਹ ਛੱਡਣ ਦਾ ਹੁਕਮ ਆਇਆ, ਜੇਲ੍ਹ ਛੱਡ ਗਿਆ। ਰਿਮਾਂਡ ਦਿੱਤਾ ਜੀ? ਨਹੀਂ, ਰਿਮਾਂਡ ਮਿਲਿਆ ਨਹੀਂ। ਕਿੱਥੋਂ ਦਾ ਰਹਿਣ ਵਾਲਾ? ਇਹ ਬਹਿਮਣ ਜੱਸਾ ਸਿੰਘ ਅੰਗਰੇਜ਼ ਸਿੰਘ ਨਾਮ ਹੈ।